ਵੈਲਕਮ ਆ ਬਾਬੇ, ਉਹ ਤੁਹਾਡਾ ਮੇਰੇ ਬਲੌਗ 'ਤੇ ਦੁਬਾਰੇ ਮੁੜ ਕੇ ਆਉਣ 'ਤੇ ਉਹ ਧੰਨਵਾਦ ਕਰਦਾ ਤੁਹਾਡਾ ਯਾਰ, ਦੁਬਾਰੇ ਆਏ ਹੋ ਤੁਸੀਂ। ਉੱਧਰ ਗੱਡੀ ਨਾਲ ਫੱਕ ਹੋਇਆ ਪਿਆ, ਬਿਲਕੁਲ ਰੇਤੇ ਨਾਲ ਲਿਬੜੀ ਪਈ ਹੈ, ਚਕਾ ਚੌਂਦ ਹੋਈ ਪਈ ਹੈ। ਇਹਦੇ ਬਾਅਦ ਇਹਨੂੰ ਧਵਾ ਕੇ ਲੈ ਕੇ ਆਉਣੇ, ਜਿਹੜਾ ਤੁਸੀਂ ਜੁੜੇ ਰਹੋ, ਆਪਾਂ ਚੱਲਦੇ ਹਾਂ। ਧੰਨਵਾਦ। ਗੱਡੀ ਯਾਰ ਬਾਹਲੀ ਮੈਲੀ ਹੋਈ ਪਈ ਸੀ, ਨਜਾਇਜ਼ ਜ਼ਿਆਦੇ, ਅਤੇ ਮੈਂ ਸੋਚਿਆ ਚੱਲ ਧਵਾ ਕੇ ਲਿਆਉਣੇ ਅੱਜ। ਗੱਡੀ ਧਵਾਈ ਨੂੰ ਬਾਈ 2-3 ਮਹੀਨੇ ਹੋ ਗਏ ਸੀ ਉਸਤਾਦ, ਅਤੇ ਅੱਜ ਧਵਾਉਣੀ ਮੰਗਦਾ ਹਾਂ। ਇੱਕ ਤਾਂ ਨਾ ਜਿਹੜੇ ਔਰਤ ਲੋਕ ਹੁੰਦੇ ਨੇ, ਔਰਤ ਲੋਕ ਜ਼ਿਆਦਾ ਰੇਤਾ ਲਿਆਉਂਦੇ ਨੇ ਗੱਡੀ 'ਚ, ਪਿੱਛੇ ਵੀ ਇੰਨਾ ਇੰਨਾ ਰੇਤਾ ਦੇਖ, ਇੱਧਰ ਵੀ ਇੰਨਾ ਇੰਨਾ ਰੇਤਾ, ਅਤੇ ਇੱਧਰ ਮੇਰੇ ਵਾਲੇ ਪਾਸੇ ਜਮ੍ਹਾਂ ਹੀ ਰੇਤਾ ਨਹੀਂ ਹੈਗਾ। ਅਤੇ ਤੁਹਾਨੂੰ ਪਤਾ ਵੀ ਔਰਤ ਲੋਕ ਬਾਹਲਾ ਰੇਤਾ ਲਿਆਉਂਦੇ ਨੇ, ਤਾਂ ਕਰਕੇ ਅੱਜ ਵਾਸ਼ ਕਰਾਉਣੀ ਮੰਗਦਾ ਹਾਂ। ਅੱਜ ਵਾਸ਼ ਕਰਾ ਕੇ ਨਵੀਂ ਨਵੀਂ ਬਣਾ ਦੇਣੀ ਹੈ ਜੱਟੋ, ਰਹਿੰਦੇ ਖੂੰਹਦੇ ਪਹਿਲਾਂ ਹੜ ਆ ਗਏ ਵਿੱਚ ਦੀ, ਜਾਇਆ ਕਰੇ ਪਾਣੀ ਪੂਣੀ ਦੇ, ਸਾਰੀ ਲਿਬੜ ਗਈ, ਬੁਰਾ ਹਾਲ ਹੋ ਗਿਆ। ਅਤੇ ਅੱਜ ਵਾਸ਼ ਕਰਾਈਏ, ਮੈਂ ਸੋਚਿਆ ਕੱਢੀਏ ਕੜੇ ਲੈਦੇ, ਨਵੇਂ ਦੁੱਧ ਕਰਾ ਕੇ ਲਿਆਉਣਾ ਗੱਡੀ ਨੂੰ। ਬਾਬੇ ਆਪਣੇ ਨਾ ਯਾਰ ਬੂਟੇ ਨੇ, ਜਿਹੜੇ ਬੂਟੇ ਮੱਚੀ ਜਾਂਦੇ ਨੇ ਗੇ, ਅਤੇ ਮੈਂ ਤੁਹਾਨੂੰ ਕੱਲ੍ਹ ਨੂੰ ਨਾ ਬੂਟੇ ਦਿਖਾਊਂਗਾ, ਤੁਸੀਂ ਮੈਨੂੰ ਕੋਈ ਸਲਾਹ ਦਿਓ ਇਹਦੇ ਬਾਰੇ ਵੀ, ਕਰਾਂ ਤਾਂ ਕਰਾਂ ਕੀ ਸਾਲਾ ਇਹਨਾਂ ਦਾ, ਨਾ ਤਾਂ ਕੋਈ ਫਲ ਲਾ ਰਹੇ ਨੇ, ਨਾਲੇ ਮੱਚੀ ਜਾਂਦੇ ਨੇ ਪੱਤੇ ਪੁੱਤੇ ਸਾਰੇ ਹੈਂ। ਅਤੇ ਕੱਲ੍ਹ ਨਾ ਮਾਲੀ ਨੂੰ ਸੱਦਿਆ ਸੀਗਾ, ਅਤੇ ਮਾਲੀ ਮਾਂ ਦਾ ਪੁੱਤ 2700 ਦੀ ਦਵਾਈ ਪਾ ਗਿਆ, ਭੈਣ ਦਾ ਪਤਾ ਨਹੀਂ ਕੀ ਪਾ ਗਿਆ ਹੈ ਯਾਰ, 2700 ਰੁਪਏ ਦੀ ਦਵਾਈ ਪਾ ਗਿਆ ਯਾਰ, ਕਮਾਲ ਹੋ ਗਈ ਉਹਦੇ ਵਾਲੀ। ਜਾਲਾ ਕੱਢੂੰਗਾ ਬਾਊ ਜੀ, ਜਾਲਾ 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 ਨਿਕਾਲੇਂਗੇ, ਮਹਾਂ ਪਤਾ ਨਹੀਂ ਭੈਣ ਦਾ ਕੀ ਕੱਢੂ, ਸੱਪ ਵੱਡਾ ਹੀ ਕੱਢੂ ਕੋਈ, ਅਤੇ ਮਾਰ ਕੇ 2 ਖੁਰਪੀਆਂ ਜੀਆਂ ਪਾ ਕੇ ਦਵਾਈ, ਕਹਿੰਦਾ 2700 ਹੋ ਗਿਆ ਜੀ। ਰਗੜ ਤੇ ਬਾਬਾ, ਤੁਹਾਨੂੰ ਕੱਲ੍ਹ ਨੂੰ ਬੂਟੇ ਦਿਖਾਊਂਗਾ। ਇੱਕ ਕਿਸਾਨ ਭਰਾ ਵੀ ਆਪਣੇ ਨਾਲ ਜੁੜੇ ਨੇ, ਮੈਨੂੰ ਲੱਗਦਾ ਹੈ ਵੀ ਮੈਨੂੰ ਕੋਈ ਕੀ ਪਤਾ ਸਲਾਹ ਹੀ ਦੇ ਦੇ, ਕੋਈ ਕੰਮ ਆ ਜੇ ਗੱਲਬਾਤ ਹੈ ਨਾ। ਕੱਲ੍ਹ ਨੂੰ ਤੁਹਾਨੂੰ ਮੈਂ ਸਾਰੇ ਬੂਟੇ ਵੀ ਦਿਖਾਊਂਗਾ, ਅਤੇ ਗੱਡੀ ਵਾਸ਼ ਕਰਾਉਣ ਚੱਲੇ ਹਾਂ, ਅਤੇ ਬਸ ਅੱਗੇ ਪਹੁੰਚਣ ਵਾਲੇ ਹੈਗੇ ਹੁਣ ਬਾਈ ਤੋਂ ਕਰਾ ਕੇ ਸਾਰੀ, ਧਵਾ ਕੇ ਅੰਦਰੋਂ ਸਾਰੀ। ਅੱਜ ਇੱਕ ਹੋਰ ਦੱਸੋ ਯਾਰ, ਬਾਕੀ ਤਾਂ ਛੱਡੋ, ਬੂਟੇ ਤਾਂ ਭੈਣ ਕਢਾਉਣ ਯਾਰ, ਤੁਸੀਂ ਮੈਨੂੰ ਐਂ ਦੱਸੋ, ਜਿਹੜਾ ਗੱਡੀ ਦੇ ਵਿੱਚ ਰੇਤਾ ਵੜਦਾ, ਗੇਅਰ ਗੂਰ ਲਵੇ, ਇੱਧਰ ਲੱਲ ਪੱਲ ਸਾਰਾ, ਇਹ ਯਾਰ ਕੱਢਾ ਕਦੇ ਨਾ ਕਰੀਏ ਯਾਰ, ਇਹ ਘਰੇ ਨਿਕਲਦੇ ਹੀ ਨਹੀਂ ਹੈਗਾ ਬਾਈ ਯਾਰ, ਜੇ ਕੱਪੜੇ ਨਾ ਕੱਢਦੇ ਹਾਂ ਸਾਲਾ ਹੋਰ ਹੀ ਪਾਸੇ ਵੜ ਜਾਂਦਾ, ਇੱਕ ਪਾਸੇ ਕੱਢਦਾ ਦੂਜੇ ਪਾਸੇ ਵੜ ਜਾਂਦਾ। ਇਹਦਾ ਮੈਨੂੰ ਯਾਰ ਕੋਈ ਹੱਲ ਵਸਾਲ ਦੱਸੋ, ਆਹ ਮੂਹਰੇ ਡੈਸ਼ਬੋਰਡ 'ਤੇ ਇੰਨਾ ਪਿਆ ਮੱਛਰ ਮੁੱਛਰ ਜਿਹਾ, ਪਤਾ ਨਹੀਂ ਕਿੱਧਰੋਂ ਆਇਆ ਮੇਰਾ ਸਾਲਾ, ਇਹ ਜਦੋਂ ਇੱਥੋਂ ਚੱਕਦਾ ਏ ਸੀ ਵਾਲੇ, ਇਹਨਾਂ 'ਚ ਡਿੱਗ ਜਾਂਦਾ ਵੈਂਟੀਲੇਟਰ ਕੀ ਹੁੰਦੇ ਇਹ, ਇਹਦਾ ਹੱਲ ਜ਼ਰੂਰ ਦੱਸਿਓ ਯਾਰ ਜੱਟੋ। ਬਸ ਆਪਾਂ ਪਹੁੰਚ ਕੇ ਗੱਡੀ ਲਾਉਣੇ ਧੋਣ 'ਤੇ, ਅਤੇ ਗੱਡੀ ਧੋਣ ਲਿਆ ਉਹਨੇ, ਆਪਾਂ ਕਰਦੇ ਹਾਂ ਗੱਲਬਾਤ। ਖੜਨਾ ਪੂ ਜੱਟੋ, ਮੂਹਰੇ ਬਾਈ ਧੋਈ ਜਾਂਦਾ ਟਰੈਕਟਰ, ਜਿਹੜੀ ਜੌਨ ਡੀਅਰ ਧੋਈ ਜਾਂਦਾ, ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬੰਦੇ ਦੀ ਮਿਹਨਤ ਦੇਖ ਕੇ ਮੈਨੂੰ ਬੜਾ ਤਰਸ ਆਇਆ ਜੱਟੋ, ਇਕੱਲਾ ਬੰਦਾ ਲੱਗਿਆ ਪਿਆ ਵਿਚਾਰਾ ਧੋਣ ਹੈ, ਅਤੇ ਜਿਹੜਾ ਬੰਦਾ ਰੱਖਿਆ ਸੀ ਉਹ ਸਾਲਾ ਭੱਜ ਗਿਆ, ਹੁਣ ਕੰਮ ਸੀ ਬਾਹਲਾ ਭੱਜ ਗਿਆ, ਅਤੇ ਤੁਸੀਂ ਐਂ ਲਾ ਲਓ ਸਾਰਾ ਕੰਮ ਹੈ ਨਾ ਇਕੱਲੇ ਬੰਦੇ 'ਤੇ ਆ ਰਿਹਾ। ਮੈਨੂੰ ਐਂ ਤਰਸ ਆਇਆ, ਮੈਂ ਤੁਹਾਨੂੰ ਐਂ ਦੱਸਦਾ ਵੀ ਜਦੋਂ ਆਪਾਂ ਦਾਨੇ ਵਾਲੇ ਤੋਂ ਝਨੀਰ ਪਿੰਡ ਨੂੰ ਆਉਂਦੇ ਹਾਂ ਨਾ ਬਾਬੇ, ਝਨੀਰ ਪਿੰਡ ਨੂੰ ਆਉਂਦੇ ਜੋ ਜਮ੍ਹਾਂ ਵਿੱਚ ਵੜਨ ਸਾਰ ਇੱਕ ਪੰਪ ਆਉਂਦਾ, ਪੰਪ ਤੋਂ ਅੱਗੇ ਬਾਈ ਦਾ ਸਰਵਿਸ ਸਟੇਸ਼ਨ ਹੈ। ਜੇ ਕਿਸੇ ਨੇ ਵੀ ਸਾਡੇ ਪਿੰਡਾਂ ਦੇ ਲਵੇ ਨੇ ਗੱਡੀ ਧਵਾਉਣੀ ਆ, ਇੱਕ ਵਾਰੀ ਧਵਾ ਲਿਓ, ਜੇ ਨਾ ਦੁਬਾਰੇ ਆਏ ਤਾਂ ਮੂੰਹ 'ਤੇ ਥੁੱਕ ਦਿਓ। ਐਡੀ ਘੈਂਟ ਗੱਡੀ ਧੋਂਦਾ, ਬਾਹਲੀ ਰੀਝ ਲਾਉਂਦਾ ਵਿਚਾਰਾ, ਦੇਖੇ ਕੰਮ ਮਿਹਨਤ ਕਰੀ ਜਾਂਦਾ, ਰੀਝ ਵਾਲੀ ਲਾਉਂਦਾ, ਤਾਂ ਬਾਹਲਾ ਕੰਮ ਉੱਤੋਂ ਨਹੀਂ ਹੋ ਰਿਹਾ, ਜੇ ਕੰਮ ਹੋ ਗਿਆ ਜਦੋਂ ਉੱਤੋਂ ਦੀ, ਉਹ ਬੰਦਾ ਭੱਜ ਗਿਆ ਜਿਹੜਾ ਰੱਖਿਆ ਹੋਇਆ ਸੀਗਾ, ਐਂ ਚੱਕਰ ਪੈ ਗਿਆ ਜੱਟੋ। ਮੇਰੇ ਕਹੇ ਤੋਂ ਇੱਕ ਵਾਰੀ ਜ਼ਰੂਰ ਧਵਾ ਕੇ ਲੈ ਕੇ ਜਾਇਆ ਕਰੋ ਯਾਰ, ਗੱਡੀ ਗੁੱਡੀ ਮਿਹਨਤੀ ਬੰਦਾ ਵਿਚਾਰਾ, ਚੰਗਾ ਪੜ੍ਹਿਆ, ਬਹੁਤ ਪੜ੍ਹਿਆ ਨਾਲੇ ਮੁੰਡਾ, ਇਹੋ ਜਿਹੀ ਗੱਲ ਨਹੀਂ, ਪੜ੍ਹਿਆ ਲਿਖਿਆ ਪੂਰਾ ਵਿਚਾਰਾ, ਆਪਦਾ ਕੰਮ ਕਰਿਆ ਹੈ ਨਾ, ਤਾਂ ਸਪੋਰਟ ਕਰੋ ਅਤੇ ਜ਼ਰੂਰ ਆਇਆ ਕਰੋ ਸੱਜਣੋ। ਸਾਡੇ ਪਿੰਡਾਂ ਦੇ ਮੈਨੂੰ ਪਤਾ ਬੰਦੇ ਬਹੁਤ ਜਾਣਦੇ ਨੇ, ਅਤੇ ਗਰਦ ਕੱਢ ਦੇਣਗੇ, ਮੈਨੂੰ ਇੰਨਾ ਯਕੀਨ ਹੈ। ਅਤੇ ਇੱਕ ਨਾ ਯਾਰ ਐਂ ਪੁੱਛਦਾ ਸੀ ਸੱਚ, ਮੈਂ ਭੁੱਲ ਗਿਆ ਗੱਲ ਪਹਿਲਾਂ, ਜਿਹੜੇ ਜਿਹੜੇ ਬਾਈਆਂ ਨੇ ਜੌਨ ਡੀਅਰ ਨਾਲ ਕੱਦੂ ਕਰਿਆ ਹੈ ਨਾ, ਇਹ ਮੈਨੂੰ ਨਾ ਐਂ ਜ਼ਿਆਦਾ ਐਂ ਮੈਸੇਜ ਆਏ ਵੀ ਇਹ ਇਹਦੇ ਨਟਾਂ ਨੂੰ ਯਾਰ ਲੱਗੀ ਜਾਂਦੀ ਹੈ ਜੌਨ ਡੀਅਰ ਦਿਆਂ ਨੂੰ, ਇਹ ਇਸ ਵਾਲੀ ਗੱਲ ਕੀ ਹੈ, ਕਿਸੇ ਬੰਦੇ ਨੂੰ ਜਾਣਕਾਰੀ ਹੈ ਇਸ ਚੀਜ਼ ਬਾਰੇ? ਸਾਰੇ ਨਟਾਂ ਨੂੰ ਐਂ ਯਾਰ ਲੱਗਣ ਲੱਗ ਰਹੀ ਹੈ, ਪਤਾ ਨਹੀਂ ਕੀ ਚੱਕਰ ਆ ਯਾਰ, ਪਤਾ ਨਹੀਂ ਸਾਲਾ ਲੋਹੀ ਮਾੜਾ ਦੇਣ ਲੱਗ ਗਏ, ਪਤਾ ਨਹੀਂ ਕੀ ਗੱਲ ਹੋਊਗੀ। ਇਹ ਗੱਲ ਦਾ ਜ਼ਰੂਰ ਮੈਨੂੰ ਚਾਨਣਾ ਪਾਇਆ, ਕਮੈਂਟ ਕਰਕੇ ਜ਼ਰੂਰ ਦੱਸਿਓ ਯਾਰ ਗੱਲ ਕੀ ਹੈ ਇਹ।
ਤੇ ਬਸ ਆ ਤਾਂ ਧੋਤਾ ਮੈਂ ਲਾਤਾ ਲਾਤਾ ਲਵੇ ਤਾਂ ਤੇ ਬਸ ਧੋਤਾ ਇਹਦਾ ਲਾਤਾ ਲੇਖੇ ਇੱਧਰ ਜੱਟ ਦੀ ਬੁੱਟ ਲੱਗੀ ਆ ਓਏ ਜੱਟ ਯਾਰ ਨਾਲ ਰਹਿੰਦਾ ਹੈ 24 ਘੰਟੇ ਨਾਲ ਰਹਿੰਦਾ ਹੈ ਜੱਟ ਦੀ ਬੁੱਟ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਤੇ ਇਹਦਾ ਧੋਤਾ ਬਾਈ ਦਾ ਇਹਨੂੰ ਕਰਦੇ ਨੇ ਪਾਸੇ ਆਪਣੀ ਗੱਡੀ ਧੋਂਦੇ ਨੇ ਹੁਣ ਤੇ ਮੇਰੇ ਕਹੇ ਤੋਂ ਸੱਜਣੋ ਦਾਨੇ ਵਾਲੇ ਤੋਂ ਜਦੋਂ ਝਨੀਰ ਨੂੰ ਆਉਣੇ ਹੋ ਉਹ ਸਾਹਮਣੇ ਪੰਪ ਹੈਗਾ ਤੇ ਮੈਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਊਂਗਾ ਤੇ ਬਸ ਜਦੋਂ ਇੱਧਰ ਆਉਂਗੇ ਤਾਂ ਸਾਹਮਣੇ ਤੁਹਾਨੂੰ ਸਰਵਿਸ ਸਟੇਸ਼ਨ ਦਿਸੂਗਾ ਤੇ ਮੇਰਾ ਵੀਰ ਇੱਕ ਵਾਰੀ ਜ਼ਰੂਰ ਬਾਈ ਤੋਂ ਧਵਾ ਕੇ ਲੈ ਕੇ ਜਾਇਓ ਸੱਜਣੋ ਬਹੁਤ ਚੰਗਾ ਬੰਦਾ ਯਾਰ ਆਇਓ ਟਾ ਕਿਹੜਾ ਪੈਕ ਕਰ ਲੈ ਬਾਈ ਕਰ ਲੈਣਾ ਜੀ ਆਹ ਲੋਕੇਸ਼ਨ ਦੇਖ ਲਓ ਆ ਸਾਹਮਣੇ ਆ ਗਿਆ ਸਾਡਾ ਪਿੰਡ ਇੱਧਰ ਚਨੀਰ ਆ ਗਿਆ ਇੱਧਰ ਦਾਨੇ ਵਾਲਾ ਆ ਗਿਆ ਦਾਨੇ ਵਾਲੇ ਪੰਪ ਆ ਹਨਾ ਪੰਪ ਦੇ ਬਸ ਐਂ ਜਦੋਂ ਗਾਂਹ ਲੰਘੋਗੇ ਤੇ ਆਹ ਸੀ ਸਰਵਿਸ ਸਟੇਸ਼ਨ ਠੀਕ ਆ ਜੈ ਬਾਬਾ ਪ੍ਰੇਮ ਦਾ ਸਰਵਿਸ ਸਟੇਸ਼ਨ ਦਾ ਨਾਮ ਆ ਇੱਧਰ ਨਾਂ ਲਿਖਿਆ ਹੋਇਆ ਜੱਟ ਦੀ ਫੋਟੋ ਲੱਗੀ ਆ ਬਾਕੀ ਪ੍ਰਮੋਸ਼ਨ ਤਾਂ ਜ਼ਰੂਰੀ ਆ ਜੈ ਬਾਬਾ ਧਿਆਨ ਦਾਸ ਤੇ ਇੱਧਰ ਨੰਬਰ ਉੱਤੇ ਲਿਖਿਆ ਹੋਇਆ ਨੰਬਰ ਪੜ੍ਹਨ ਨੰਬਰ ਪੜ੍ਹ ਲਓ ਤੇ ਗੱਡੀ ਧਵਾਉਣ ਜ਼ਰੂਰ ਆਇਓ ਇੰਨੀ ਕੁ ਬੇਨਤੀ ਸਵੀਕਾਰ ਕਰਿਓ ਅਤੇ ਬਾਕੀ ਆਪਾਂ ਗੱਡੀ ਧਵਾਉਂਦੇ ਹਾਂ ਟਰੈਕਟਰ ਬਾਹਰ ਕੱਢ ਲਿਆ ਫੋਮ ਵਾਸ਼ ਕਰ ਦਿੰਦੇ ਨਹਿਰੀ ਪਾਣੀ ਨਾਲ ਉਸਤਾਦ ਸਿਰਾ ਗੱਲਬਾਤ ਬਣਾ ਦੇਣਗੇ ਗੱਡੀ ਤੁਹਾਨੂੰ ਮੈਂ ਬਾਕੀ ਦਿਖਾਉਣਾ ਗੱਲ ਬਣਾ ਸੀ ਨਾ ਚਲੋ ਫਿਰ ਦਿਖਾਊਂਗਾ ਹੁਣ ਦੇਖ ਲਓ ਤੁਸੀਂ ਗੱਡੀ ਕਿੰਨੀ ਮੈਲੀ ਹੈ ਕਿੰਨਾ ਕਿੰਨਾ ਗਾਰਾ ਹੈ ਅਤੇ ਤੁਹਾਨੂੰ ਇਹਦੀ ਗੱਲ ਬਣਦੀ ਦਿਖਾਊਂਗਾ ਬੰਦਾ ਵਾਲਾ ਮਿਹਨਤੀ ਹੈ ਉਸਤਾਦ ਥੱਲੇ ਥੱਲੇ ਵੜ ਕੇ ਸਾਰੀਆਂ ਬਣਾਉਣ ਦਾ ਭੈਣ ਦੇ ਯਾਰ ਵੀ ਨਵੀਂ ਵਰਗੀ ਯਾਰ ਵੜ ਗਿਆ ਥੱਲੇ ਮੇਰੀ ਗੱਲ ਸੁਣੋ ਬਾਬੇ ਅੱਜ ਤੁਹਾਨੂੰ ਪਤਾ ਸਾਹ ਦਾ ਜਿਹੜਾ ਉਹ ਡੇਰੇ ਦੇ ਵਿੱਚ ਹੈ ਜਿੱਦੇ ਸਾਹ ਡੇਰੇ 'ਚ ਹੁੰਦਾ ਉਦੇ ਤੁਹਾਨੂੰ ਪਤਾ ਭੇਲੀਆਂ ਵੰਡਦਾ ਅੱਜ ਸਾਹ ਤਾਂ ਭੇਲੀ ਵੰਡਣ ਆਇਆ ਓਏ ਮੈਂ ਇਹਨੂੰ ਕਿਹਾ ਮੈਂ ਅੱਜ ਬਾਬੇ ਧਰਤੀ ਦੇ ਨੇ ਪੁੱਤ ਰੱਪਲਾ ਕਰਕੇ ਜਾਣਗੇ ਅੱਜ ਸਾਹ ਭਲਾ ਕਰਨ ਆਇਆ ਸੀ ਉਹ ਦੇਖੋ ਸਹੀ ਨਹੀਂ ਹੁਣ ਜੇ ਇਹੀ ਗੱਡੀ ਮੈਂ ਲਿਫਟ 'ਤੇ ਧਵਾਈ ਹੁੰਦੀ ਲਿਫਟ 'ਤੇ ਤਾਂ ਚੁਕਾਈ ਹੁੰਦੀ ਤੁਸੀਂ ਮੈਥੋਂ ਲੈ ਲਿਆਉਂਦਾ 500-700 ਰੁਪਏ ਨਾਲੇ ਬਿਲਕੁਲ ਰੇਟ ਜੈਨੂਨ ਆ ਬਿਲਕੁਲ 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 ਰੇਟ ਜੈਨੂਨ ਆ ਨਹੀਂ ਥੱਲੇ ਦੇਖ ਲਓ ਤੁਸੀਂ ਗਾਰਾ ਜੰਮਿਆ ਰਹਿ ਜਾਂਦਾ ਹੈ ਨਾ ਉੱਪਰੋਂ ਤਾਂ ਗੱਡੀ ਧੋ ਦਿੰਦੇ ਆ ਵਧੀਆ ਸਮਾਰ ਕੇ ਥੱਲੇ ਜਦੋਂ ਗਾਰਾ ਰਹਿ ਜਾਂਦਾ ਨਾ ਜੱਟੋ ਫਿਰ ਥੱਲੋਂ ਜਰ ਪੈਣੀ ਸ਼ੁਰੂ ਹੋ ਜਾਂਦੀ ਆ ਗੱਡੀ ਗਲਣ ਲੱਗ ਜਾਂਦੀ ਆ ਸੋ ਦੈਟ ਬਾਈ ਥੱਲੋਂ ਧਵਾਉਣੀ ਵੀ ਬਹੁਤ ਜ਼ਰੂਰੀ ਹੈ ਝੁਆਗ ਪਾਈ ਜਾਂਦਾ ਚਵਾਚਾ ਝੁਆਗ ਪਾਈ ਜਾਂਦਾ ਝੁਆਗ ਜੀ ਨਾ ਪਾ ਕੌਣ ਤੇ ਮਾਰੂ ਰੱਖ ਕੇ ਹੋ ਕਿਹੜਾ ਮਸਮਾਨ ਚੱਕ ਕੇ ਲੈ ਜਾਣਗੇ ਅੱਜ ਰੰਗ ਬਿਰੰਗੀ ਝੱਗ ਲਿਆ ਚਾਚਾ ਗੱਲ ਬਣਾਤੀ ਗੱਲ ਨਾ ਕਿੰਨਾ ਕੁ ਕਾਲਾ ਮੂੰਹੋਂ ਬੋਲਣ ਲੱਗ ਗਈ ਗੱਡੀ ਬਾਬੇ ਓਏ ਮੂੰਹੋਂ ਬੋਲਣ ਲੱਗ ਗਈ ਪਹਿਲਾਂ ਦਿਖਾਈ ਸੀ ਜਮਾਂ ਸੜੀ ਸੀ ਉਹ ਗੱਲ ਬਣ ਗਈ ਸੱਜਣਾ ਗੱਲ ਰੂਹ ਖੁਸ਼ ਹੋ ਗਈ ਜਟਾ ਮਾਰਦੀਆਂ ਨਾ ਚੱਲ ਘੋਰਾਂ ਐਂ ਬਣਾਉਂਦਾ ਗੱਲ ਇਹ ਤਾਂ ਫਿਰ ਬਾਹਰ ਵੀ ਪਾਲਸ ਮਾਰਤੀ ਅੰਦਰ ਤਾਂ ਦੁਨੀਆ ਮਾਰਦੀ ਹੈ ਬਾਹਰ ਵੀ ਪਾਲਸ ਮਾਰਦਾ ਏ ਆਈਟਮ ਵਾਲੀ ਤਾਂ ਅੜੀ ਆਏ ਜੇ ਕੁਝ ਦਬਾਉਣ ਆਇਆ ਵੀਡੀਓ ਦੇਖ ਕੇ ਕੋਈ ਮਾਨ ਤਾਨ ਕਰੇਗਾ ਬਾਬੇ ਬਾਕੀ ਯਾਰ ਤੁਸੀਂ ਮੈਂ ਕਹਿੰਦਾ ਤੁਸੀਂ ਪੈਸੇ ਆਖੋਗੇ 100 ਰੁਪਏ ਵੱਧ ਲੈ ਹੋਏ ਗੱਲ ਵਾਲੀ ਤਾਂ ਅੜੀ ਬਣਾਤੀ ਜਮਾਂ ਰੂਹ ਖੁਸ਼ ਹੋ ਗਈ ਜੱਟੋ ਗੱਡੀ ਧਵਾ ਕੇ ਸਵਾਦ ਆ ਗਿਆ ਜਮਾਂ
ਉਧਰ ਮੰਮੀ ਫੋਨ ਤੇ ਫੋਨ ਕਰੀ ਜਾਂਦੀ ਹੈ ਜਲਦੀ ਆ ਮੈਂ ਸਹੀ ਆਇਆ ਸੀਗਾ 5 ਵਜੇ ਦੇ ਲਵੇ ਤਵੇ ਆਇਆ ਸੀਗਾ ਤੇ ਹੁਣ 7:30 ਦਾ ਟਾਈਮ ਹੋ ਗਿਆ ਜਮਾ ਸਹੀ ਡੋਡ 2.5 ਘੰਟੇ ਹੋਏ 2.5 ਘੰਟਿਆਂ ਦੇ ਵਿੱਚ ਜੱਟੋ ਕੱਲੀ ਆਪਣੀ ਗੱਡੀ ਸੁਣਾਰੀ ਇੰਨਾ ਕੁ ਟਾਈਮ ਲਾਉਂਦਾ ਬੰਦਾ ਨਾ ਇੰਨੀ ਗਰੀਜ ਨਾਲ ਕੰਮ ਕਰਦਾ ਚਲੋ ਤੁਹਾਡੀ ਮਰਜ਼ੀ ਆ ਬਾਈ ਜੇ ਕੋਈ ਮਿਹਨਤ ਕਰਦਾ ਉਹਦਾ ਤੁਸੀਂ ਸਾਥ ਨਹੀਂ ਦਿੰਦੇ ਊਂ ਆਖਿਆਂ 'ਤੇ ਰਹਿਣੇ ਕੋਈ ਨੌਜਵਾਨ ਕੰਮ ਨਹੀਂ ਕਰਦਾ ਨੌਜਵਾਨ ਕੀ ਕਰਨਾ ਫਿਰ ਜਿਹੜਾ ਕਰਦਾ ਉਹ ਤੁਸੀਂ ਸਾਥ ਨਹੀਂ ਦਿੰਦੇ ਅਤੇ ਬਾਕੀ ਤੁਹਾਨੂੰ ਸੱਜਣੋ ਇਸ ਤੋਂ ਬਾਅਦ ਇੱਕ ਬਹੁਤ ਸੋਹਣਾ ਵਲੋਗ ਦਿਖਾਵਾਂਗੇ ਓਏ ਅਤੇ ਹੁਣ ਆਪਾਂ ਘਰੇ ਪਹੁੰਚਣ ਵਾਲੇ ਜਾ ਕੇ ਹਾਏ ਮੇਰੀ ਮੰਮੀ ਆਈ ਗਾਲਾਂ ਦੇਊਗੀ ਬਸ ਹੁਣ ਐਂ ਲਾ ਤਾ ਗੱਡੀ 'ਚ ਹੀ ਪੈ ਜਾ ਗੱਡੀ 'ਚ ਪੈਣ ਨੂੰ ਜੀ ਕਰੀ ਜਾਂਦਾ ਇੱਕ ਉਹ ਗੱਲ ਹੋਊਗੀ ਵੀ ਯਾਦ ਖਾਦਾ ਲੱਗਦਾ ਮਾਲ ਗੱਡੀ ਦੇ ਵਿੱਚ ਪੈਣ ਨੂੰ ਜੀ ਕਰੀ ਜਾਂਦਾ ਸਰਤਾਜ ਜੀ ਹੈਲੋ ਹੈਲੋ ਗੱਡੀ ਦੇ ਵਿੱਚ ਪੈਣ ਨੂੰ ਜੀ ਕਰੀ ਜਾਂਦਾ ਆਨੰਦ ਆ ਰਿਹਾ ਬਿਲਕੁਲ ਸਵਾਦ ਆ ਰਿਹਾ ਸਵਾਦ ਲੈ ਵੀ ਇੱਥੇ ਖੜ ਜਾ